अस्सलाम वालेकुम जी दोस्तों, उम्मीद करना कि सब खैर खैरियत ना होगी। मैं थोड़ा अपना उसमोस वटूंगी। मैं अज मौजूद हाँ जी माना वाले राणे सेल की छत नाल भाई बूटा पोला गुजर माना उस्ताद लियास जड़ा वाले तो आए हैं। मजीद इतने ब्रीडर जोड़ियों का कुछ शौक करने हैं तो सेल भाई ने गलबात करने इस साल का रिजल्ट किस तरह का कारगर्दी रही। माशाल्लाह मादी आई उस्ताद लियास को बहुत अच्छी मादी है माशाल्लाह। राणा सेल साहब है मादी के बारे थोड़ा की मादी जी फगन चेतर तो लैके हूँ अस्सू तक हर बाजी उड़ी जी। हाँ जी तकरीबन एदियाँ हर उड़ारी शाम दी। माशाल्लाह किन्ने कप उड़ी मादी ये ला लो कप तो तकरीबन उड़ गई है अस्सू तक तीह ला लो तीह हो गए होंगे पांच सत सत कप से ना एक डेढ़ दिन। हाँ जी अस्सू च नौ नौ दस सी चौदह पंद्रह कप सी चेतर वसाख तो लै गए मजीद सानू सेल पई अपने ब्रीडर जोड़िया का भी शौक आना जेड़े होर भी अपने कबूतर इस बारी हिट बैठे ने हिट परवाज ते माशाल्लाह बहुत अच्छी माती है। माशाल्लाह सेल भाई की उम्र तकरीबन थोड़ी है माशाल्लाह तजर्बा बहुत है। मसाल से सवा सात बजे तक दे दिया अपनी उड़ारा ने जोड़े लाता है कमकर अच्छा टैडी माती नाल माशाल्लाह कमकर ब्रीडर जोड़ा आया जी माशाल्लाह बहुत ही अच्छा जोड़ा नर थानू हूँ विखाया हूँ इन मादी उनका भी थानू शौक करवाने मादी भी माशाल्लाह बहुत अच्छी लगाई हुई है तो भाई लियास दे नाल गलबात भी थोड़ी मैं कराना ये सेल पाई टैडी का क्रास है जी माशाल्लाह इतने नाल नार केड़ा लगाया कमगर है माशाल्लाह अच्छा रिजल्ट है। हाँ जी माशाल्लाह जी बहुत अच्छा रिजल्ट है 100% ब्रीडर जो वसाख दे विच माशाल्लाह उड़दा रहा तो 7 बजे दियां परवाजा ने खुद दियां ते बच्चे भी बहुत अच्छे उड़ाता है माशाल्लाह। एक नर होर आया भाई लियास दे कोल इन्हें भी तुम्हें शौक करवाने माशाल्लाह लियास माशाल्लाह भी सेल भाई उड़ा के जोड़ा लगवाया बहुत अच्छा जी ਇਹਨਾਂ ਦੇ ਬਾਜ਼ੀ ਇਹਦਾ ਪੱਠਾ ਐਰਕਾਂ ਜੀ ਤਕਰੀਬਨ ਜੇਠ ਦੀਆਂ ਇਸ ਕੱਪ 'ਚ ਵਿਨਰ ਬੈਠਾ ਇਸ ਮਾਦੀ ਦਾ ਮਾਸ਼ ਸਾਨੂੰ ਨਾਲ ਇਹ ਵੀ ਥੋੜ੍ਹਾ ਜਿਹਾ ਤਾਰਫ ਇਹਨਾਂ ਦਾ ਕਰਾਏ ਵੀ ਕਿਹੜੀ ਨਸਲ ਦਾ ਹੈ ਅਤੇ ਕਿਹੜਾ ਕਿਸ ਤਰ੍ਹਾਂ ਜੋੜਾ ਲਵਾਇਆ ਬੂਤਰ ਟੈਡੀ ਹੈ ਬੂਤਰ ਟੈਡੀ ਹੈ ਮਾਦੀ ਡਾਬਾ ਮਾਦੀ ਡਾਬਾ ਹੈ ਮਾਦੀ ਦੋਸਤ ਨੇ ਲਾਈ सुहेल भाई जेड़े ना छोटी जी उम्र ते माशाल्लाह इस बारी माना वाले दे बहुत ही अच्छी कारगर्दी इन्हां दी
तकरीबन 30-35 कप उड़े ने तो माशाल्लाह अच्छियां पोजीशन आंदी रही। 2019 सेल भाई चैंपियन 70-75 घंटे का रिकॉर्ड है माशाल्लाह। ਇਹ ਵੀ ਸੁਹੇਲ ਭਾਈ ਬਰੀਡਰ ਜੋੜਾ ਜੀ ਮਾਸ਼ਾਅੱਲਾ ਇੱਕ ਬਰੀਡਰ ਜੋੜਾ ਹੋਰ ਆਇਆ ਮੈਂ ਇਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਵਾਉਣਾ ਅਤੇ ਦਾਸ ਬਾਈ ਤੁਹਾਨੂੰ ਇੱਕ ਐਸਾ ਜੋੜਾ ਲੱਗਿਆ ਮਾਸ਼ਾਅੱਲਾ ਜੀ ਬਹੁਤ ਅੱਛਾ ਕਬੂਤਰ ਬਹੁਤ ਅੱਛਾ ਕਬੂਤਰ ਬਰੀਡਰ ਹੈ ਇਹਦੇ ਨਾਲ ਮਾਦੀ ਲਾਈ ਹੋਈ ਮਾਦੀ ਵੀ ਟੈਡੀਆਂ 'ਚ ਮੈਂ ਕਹਿ ਸਕਣਾ ਮਾਸ਼ਾਅੱਲਾ ਟੈਡੀ ਮਾਦੀ ਹੈ ਜੀ ਬਹੁਤ ਅੱਛੀ ਮਾਦੀ ਹੈ ਅਤੇ ਬਹੁਤ ਹੀ ਅੱਛਾ ਜੋੜਾ ਅਤੇ ਵੀ ਸੇਲ ਭਾਈ ਨੇ ਉਡਾ ਕੇ ਕਬੂਤਰ ਅਤੇ ਫਿਰ ਇਹਨਾਂ ਦੀ ਬਰੀਡਿੰਗ ਜੋੜੇ ਲਵਾਏ ਨੇ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਇਹਨਾਂ ਦਾ ਅਤੇ ਕਮੱਗਰ ਨਰ ਸੀ ਅਤੇ ਟੈਡੀ ਮਾਦੀ ਸੀ ਅਤੇ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਇਸ ਜੋੜੇ ਦਾ ਵੀ ਅਤੇ ਹੋਰ ਵੀ ਜੋੜੇ ਦਾ ਤੁਹਾਨੂੰ ਸ਼ੌਕ ਕਰਵਾਉਂਦੇ ਵਾਪਸੀ ਬਹੁਤ ਜ਼ਿਆਦਾ ਇਸ ਜੋੜੇ ਦੇ ਬੱਚਿਆਂ ਦੇ ਵਿੱਚ ਜਿਹੜਾ ਕਬੂਤਰ ਵਾਪਸ ਨਹੀਂ ਜਾਂ ਉਹ ਬਰੀਡਰ ਜੋੜਾ ਕਾਮਯਾਬ ਨਹੀਂ ਅਤੇ ਅਗਰ ਵਾਪਸੀ ਹੈ ਤਾਂ ਉਹ ਕਾਮਯਾਬ ਹੈ 100% ਐਕਮਜੀ ਹੋਰ ਜੋੜਾ ਆਇਆ ਸੇਲ ਪੈ ਦਾ ਬਰੀਡਰ ਉਹਦਾ ਵੀ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ ਮਾਸ਼ਾਅੱਲਾ ਸਾਰਾ ਪਾਰਕ ਹੋਰ ਪਾਰਕ ਬਹੁਤ ਹੀ ਅੱਛਾ ਬੰਦ ਜੋੜਾਂ ਦੀ ਮਾਦੀ ਹੈ ਬਹੁਤ ਹੀ ਅੱਛੀ ਮਾਦੀ ਹੈ ਅਤੇ ਇਹਦੇ ਨਾਲ ਭਾਈ ਸੁਹੇਲ ਕਿਹੜਾ ਨਰ ਲਗਾ ਇਹ ਵੀ ਕਰ ਦੇ ਪੱਠਾ ਮਾਂ ਦਾ ਵੀ ਸ਼ੋਅ ਕਰਾਉਂਦੇ ਕਬੂਤਰ ਨੇ ਇਹਨਾਂ ਦੇ ਇਹਦਾ ਭਰਾ ਵੀ ਬਹੁਤ ਅੱਛੀ ਮਾਦੀ ਹੈ ਮਾਦੀ ਦਾ ਇਹ ਵੀ ਪੁੱਤਰ ਹੈ ਇੱਕ ਹੋਰ ਨਰ ਆਇਆ 10 ਸਾਫ ਪੱਖਾ ਅਤੇ ਇਹ ਜਿਹੜੀ ਮਾਦੀ ਵਿਖਾਈ ਉਹਦੇ ਹੀ ਪੁੱਤਰ ਕਹਿ ਪੁੱਤਰ ਮਾਸ਼ਾਅੱਲਾ ਬਹੁਤ ਹੀ ਅੱਛਾ ਹੈ ਇਹਦਾ ਪਾਰਕ ਹੁੰਦੇ ਦਾ ਸ਼ੌਕ ਆ ਉਹਨੂੰ ਭਾਈ ਜਾ ਮਾਸ਼ਾਅੱਲਾ ਅਸੀਂ ਸੁਹੇਲ ਭਾਈ ਦਾ ਹੋਰ ਟਾਈਮ ਨਹੀਂ ਲਵਾਂਗੇ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ ਅਤੇ ਮਜ਼ੀਦ ਇੱਕ ਜੋੜਾ ਦਾ ਮਜ਼ੀਦ ਉਹ ਇੱਕ ਦੋ ਜੋੜਿਆਂ ਦਾ ਤੁਹਾਨੂੰ ਹੋਰ ਸ਼ੌਕ ਕਰਵਾਉਂਦੇ ਹਾਂ ਅਤੇ ਫਿਰ ਹੋਰ ਮਜ਼ੀਦ ਗੱਲਾਂ ਬਾਤਾਂ ਹੋਣਗੀਆਂ ਅਤੇ ਜਿਹੜੇ ਮੇਰੇ ਚੈਨਲ 'ਤੇ ਨਵੇਂ ਨੇ ਨਾ ਮੇਰੇ ਚੈਨਲ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਅਤੇ ਮੈਨੂੰ ਭਾਈ ਜੀ ਦੋਸਤੋ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਆ ਜੇ ਵੀ ਤੁਹਾਨੂੰ ਸੁਹੇਲ ਦਾ ਭਾਈ ਦਾ ਸ਼ੌਕ ਕਿਸ ਤਰ੍ਹਾਂ ਦਾ ਲੱਗਿਆ ਅਤੇ ਮਜ਼ੀਦ ਇਸ ਸਾਲ ਦੇ ਵੀ ਬਹੁਤ ਅੱਛੇ ਖਿਲਾੜੀ ਨੇ ਪਲੇਅਰ ਜਿਹਨੂੰ ਕਹਿ ਸਕਦੇ ਵੀ ਬਹੁਤ ਅੱਛੇ ਪਲੇਅਰ ਨੇ ਹੌਸਲੇ ਵਾਲੇ ਅਤੇ ਤਹੱਮਲ ਵਾਲੇ ਅਤੇ
ਇਹ ਸਾਲ ਦੀ।